ਸ਼ਰੇਆਮ ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ, ਜਿੱਥੇ ਕਿ ਸ਼ਾਤਿਰ ਚੋਰ ਵੱਲੋਂ ਐਕਟਿਵਾ ਦੀ ਚੋਰੀ ਕੀਤੀ ਜਾਂਦੀ ਹੈ। ਪਹਿਲਾਂ ਇਸ ਵੱਲੋਂ ਇੱਕ ਸਕੂਟੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਜਦ ਉਸਦੇ ਨਜ਼ਦੀਕ ਜਾ ਕੇ ਦੇਖਦਾ ਹੈ ਤਾਂ ਉਸਤੇ ਪਹਿਲਾਂ ਤੋਂ ਹੀ ਚਾਬੀ ਲੱਗੀ ਹੁੰਦੀ ਹੈ ਤਾਂ ਚੋਰ ਲਈ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ, ਜਿੱਥੇ ਇਸ ਨੂੰ ਨਹੀਂ ਤਾਂ ਪਹਿਲਾਂ ਲੋਕ ਤੋੜਨਾ ਪੈਣਾ ਸੀ, ਫਿਰ ਇਸ ਵੱਲੋਂ ਸਕੂਟੀ ਦੀ ਚੋਰੀ ਕੀਤੀ ਜਾਣੀ ਸੀ। ਪਰ ਇੱਥੇ ਤਾਂ ਇਸ ਸ਼ਖਸ ਵੱਲੋਂ ਸਕੂਟੀ ਦੇ ਵਿੱਚ ਹੀ ਚਾਬੀ ਛੱਡ ਦਿੱਤੀ ਗਈ, ਜਿਸ ਤੋਂ ਬਾਅਦ ਇਹ ਪਲਕ ਝਪਕਦੇ ਹੀ ਸਕੂਟੀ ਲੈ ਕੇ ਫਰਾਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਦੱਸ ਦੇ ਕਿ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਚੋਰ ਦੇ ਵੱਲੋਂ ਪਲਕ ਝਪਕਦੇ ਹੀ ਸਕੂਟੀ ਨੂੰ ਚੋਰੀ ਕਰ ਲਿਆ ਜਾਂਦਾ, ਕਿਉਂਕਿ ਕੋਈ ਸ਼ਖਸ ਆਪਣੀ ਸਕੂਟੀ 'ਤੇ ਚਾਬੀ ਲਗਾ ਕੇ ਬਾਹਰ ਹੀ ਛੱਡ ਗਿਆ ਸੀ, ਜਿਸ ਤੋਂ ਬਾਅਦ ਇਸ ਵੱਲੋਂ ਪਲਕ ਝਪਕਦੇ ਹੀ ਇਸ ਸਕੂਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਸ ਨੂੰ ਚੋਰੀ ਕਰ ਲਿਆ ਜਾਂਦਾ, ਜਿਸ ਤੋਂ ਬਾਅਦ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਇਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਰੇਆਮ ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ, ਜਿੱਥੇ ਕਿ ਸ਼ਾਤਿਰ ਚੋਰ ਵੱਲੋਂ ਐਕਟਿਵਾ ਦੀ ਚੋਰੀ ਕੀਤੀ ਜਾਂਦੀ ਹੈ। ਪਹਿਲਾਂ ਇਸ ਵੱਲੋਂ ਇੱਕ ਸਕੂਟੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਜਦ ਉਸਦੇ ਨਜ਼ਦੀਕ ਜਾ ਕੇ ਦੇਖਦਾ ਹੈ ਤਾਂ ਉਸਤੇ ਪਹਿਲਾਂ ਤੋਂ ਹੀ ਚਾਬੀ ਲੱਗੀ ਹੁੰਦੀ ਹੈ ਤਾਂ ਚੋਰ ਲਈ ਸੋਨੇ ਤੇ ਸੁਹਾਗਾ ਹੋ ਜਾਂਦਾ, ਜਿੱਥੇ ਇਸ ਨੂੰ ਨਹੀਂ ਤਾਂ ਪਹਿਲਾਂ ਲੋਕ ਤੋੜਨਾ ਪੈਣਾ ਸੀ, ਫਿਰ ਇਸ ਵੱਲੋਂ ਸਕੂਟੀ ਦੀ ਚੋਰੀ ਕੀਤੀ ਜਾਣੀ ਸੀ। ਪਰ ਇੱਥੇ ਤਾਂ ਇਸ ਸ਼ਖਸ ਵੱਲੋਂ ਸਕੂਟੀ ਦੇ ਵਿੱਚ ਹੀ ਚਾਬੀ ਛੱਡ ਦਿੱਤੀ ਗਈ, ਜਿਸ ਤੋਂ ਬਾਅਦ ਇਹ ਪਲਕ ਝਪਕਦੇ ਹੀ ਸਕੂਟੀ ਲੈ ਕੇ ਫਰਾਰ ਹੋ ਜਾਂਦਾ, ਜਿਸ ਤੋਂ ਬਾਅਦ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਦੱਸ ਦੇ ਕਿ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਚੋਰ ਦੇ ਵੱਲੋਂ ਪਲਕ ਝਪਕਦੇ ਹੀ ਸਕੂਟੀ ਨੂੰ ਚੋਰੀ ਕਰ ਲਿਆ ਜਾਂਦਾ, ਕਿਉਂਕਿ ਕੋਈ ਸ਼ਖਸ ਆਪਣੀ ਸਕੂਟੀ 'ਤੇ ਚਾਬੀ ਲਗਾ ਕੇ ਬਾਹਰ ਹੀ ਛੱਡ ਗਿਆ ਸੀ, ਜਿਸ ਤੋਂ ਬਾਅਦ ਇਸ ਵੱਲੋਂ ਪਲਕ ਝਪਕਦੇ ਹੀ ਇਸ ਸਕੂਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਸ ਨੂੰ ਚੋਰੀ ਕਰ ਲਿਆ ਜਾਂਦਾ, ਜਿਸ ਤੋਂ ਬਾਅਦ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਇਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਰੇਆਮ ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ, ਜਿੱਥੇ ਕਿ ਸ਼ਾਤਿਰ ਚੋਰ ਵੱਲੋਂ ਐਕਟਿਵਾ ਦੀ ਚੋਰੀ ਕੀਤੀ ਜਾਂਦੀ ਹੈ। ਪਹਿਲਾਂ ਇਸ ਵੱਲੋਂ ਇੱਕ ਸਕੂਟੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਜਦ ਉਸਦੇ ਨਜ਼ਦੀਕ ਜਾ ਕੇ ਦੇਖਦਾ ਹੈ ਤਾਂ ਉਸਤੇ ਪਹਿਲਾਂ ਤੋਂ ਹੀ ਚਾਬੀ ਲੱਗੀ ਹੁੰਦੀ ਹੈ ਤਾਂ ਚੋਰ ਲਈ ਸੋਨੇ ਤੇ ਸੁਹਾਗਾ ਹੋ ਜਾਂਦਾ, ਜਿੱਥੇ ਇਸ ਨੂੰ ਨਹੀਂ ਤਾਂ ਪਹਿਲਾਂ ਲੋਕ ਤੋੜਨਾ ਪੈਣਾ ਸੀ, ਫਿਰ ਇਸ ਵੱਲੋਂ ਸਕੂਟੀ ਦੀ ਚੋਰੀ ਕੀਤੀ ਜਾਣੀ ਸੀ। ਪਰ ਇੱਥੇ ਤਾਂ ਇਸ ਸ਼ਖਸ ਵੱਲੋਂ ਸਕੂਟੀ ਦੇ ਵਿੱਚ ਹੀ ਚਾਬੀ ਛੱਡ ਦਿੱਤੀ ਗਈ, ਜਿਸ ਤੋਂ ਬਾਅਦ ਇਹ ਪਲਕ ਝਪਕਦੇ ਹੀ ਸਕੂਟੀ ਲੈ ਕੇ ਫਰਾਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਦੱਸ ਦੇ ਕਿ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਚੋਰ ਦੇ ਵੱਲੋਂ ਪਲਕ ਝਪਕਦੇ ਹੀ ਸਕੂਟੀ ਨੂੰ ਚੋਰੀ ਕਰ ਲਿਆ ਜਾਂਦਾ, ਕਿਉਂਕਿ ਕੋਈ ਸ਼ਖਸ ਆਪਣੀ ਸਕੂਟੀ 'ਤੇ ਚਾਬੀ ਲਗਾ ਕੇ ਬਾਹਰ ਹੀ ਛੱਡ ਗਿਆ ਸੀ, ਜਿਸ ਤੋਂ ਬਾਅਦ ਇਸ ਵੱਲੋਂ ਪਲਕ ਝਪਕਦੇ ਹੀ ਇਸ ਸਕੂਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਸ ਨੂੰ ਚੋਰੀ ਕਰ ਲਿਆ ਜਾਂਦਾ, ਜਿਸ ਤੋਂ ਬਾਅਦ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਇਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।